ਗਿੱਦੜਬਾਹਾ ਵਿਖੇ ਸ਼ਹਿਰ ਵਾਸੀਆਂ ਨੂੰ ਮੁਸੀਬਤ ਬਣ ਚੁੱਕੇ ਅਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਸਮਾਜ ਸੇਵੀ ਸੰਸਥਾ ਰਾਹਤ ਫਾਊਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਵਾਰਾ ਪਸ਼ੂਆਂ ਨੂੰ ਇਕੱਠੇ ਕਰਕੇ ਪਿੰਡ ਰੇ ਟਿੱਬਾ ਦੀ ਸਰਕਾਰੀ ਗਊਸ਼ਾਲਾ ਵਿੱਚ ਛੱਡਣ ਦੀ ਸ਼ੁਰੂਆਤ ਕਰਦਿਆਂ 5 ਟਰੱਕ ਭਰ ਕੇ ਭੇਜੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਗਿੱਦੜਬਾਹਾ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜਲਦੀ ਹੀ ਗਿੱਦੜਬਾਹਾ ਨੂੰ ਪੂਰੀ ਤਰ੍ਹਾਂ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾਵੇਗਾ। ਅੱਜ ਜੋ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਸਰਕਾਰੀ ਰੱਤਾ ਟਿੱਬਾ ਮਲੋਟ ਦੇ ਨਾਲ ਸਾਡੀ ਜੋ ਗਊਸ਼ਾਲਾ ਬਣੀ ਹੋਈ ਹੈ, ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਐਕਸੀਡੈਂਟ ਦਾ ਕਾਰਨ ਬਣ ਰਹੇ ਪਸ਼ੂ ਉਹਨਾਂ ਨੂੰ ਅਸੀਂ ਇੱਕ ਪ੍ਰੋਪਰ ਜਗ੍ਹਾ 'ਤੇ ਛੱਡ ਸਕੀਏ ਤਾਂ ਸ਼ਹਿਰ ਨਿਵਾਸੀਆਂ ਨੂੰ ਇਸ ਗੱਲ ਤੋਂ ਛੁਟਕਾਰਾ ਮਿਲ ਸਕੇ, ਜੋ ਐਕਸੀਡੈਂਟ ਵਗੈਰਾ ਹੁੰਦੇ ਆ ਉਹਨਾਂ ਤੋਂ ਬਚਿਆ ਜਾ ਸਕੇ। ਇੱਕ ਹੋਰ ਮੇਰੀ ਬੇਨਤੀ ਹੈ ਸਾਰੀ ਪੰਚਾਇਤਾਂ ਦੀ ਪਿੰਡਾਂ ਦੀਆਂ ਪੰਚਾਇਤਾਂ ਨੂੰ, ਉਹਨਾਂ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਤੁਸੀਂ ਗਿੱਦੜਵਾ ਦੇ ਸ਼ਹਿਰ ਦੇ ਵਿੱਚ ਪਸ਼ੂਆਂ ਨੂੰ ਛੱਡਣਾ ਬੰਦ ਕਰ ਦਿਓ ਤਾਂ ਜੋ ਇਸ ਦੇ ਵਿੱਚ ਗਿੱਦੜਵਾ ਜੋ ਵੀ ਸਾਨੂੰ ਦਿੱਕਤਾਂ ਆਉਂਦੀਆਂ ਉਹ ਦੂਰ ਹੋ ਸਕਣ। ਪਰ ਇੱਕ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਜੇ ਅਗਰ ਪਸ਼ੂ ਛੱਡਣਾ ਚਾਹੁੰਦੇ ਹੋ ਤਾਂ ਸਾਡੇ ਦੇ ਨਾਲ ਗੱਲਬਾਤ ਕਰੋ, ਸਹਿਯੋਗ ਅਸੀਂ ਕਰਨ ਨੂੰ ਤਿਆਰ ਹੈ। ਤੁਸੀਂ ਰੱਤਾ ਟਿੱਬਾ ਜਾ ਕੇ ਉੱਥੇ ਟਰਾਲੀਆਂ ਦੇ ਵਿੱਚ ਪਸ਼ੂਆਂ ਨੂੰ ਛੱਡ ਕੇ ਆਓ। ਇਸ ਗੱਲ ਲਈ ਗਿੱਦੜਵਾ ਦੇ ਜੋ ਵੀ ਸਮਾਜ ਸੇਵੀ ਸੰਸਥਾਵਾਂ ਅਸੀਂ ਹੈ ਜੋ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ, ਕਿਉਂ ਇਹ ਇੱਕ ਬਹੁਤ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ। ਪਸ਼ੂਆਂ ਦਾ ਸ਼ਹਿਰ ਦੇ ਵਿੱਚ ਫਿਰਨਾ, ਅਵਾਰਾ ਫਿਰਨਾ, ਉਹਨਾਂ ਨੂੰ ਖਾਣ ਨੂੰ ਪ੍ਰੋਪਰ ਨਾ ਮਿਲਣਾ, ਇਸ ਗੱਲ ਦਾ ਮੈਂ ਸਦਾ ਧੰਨਵਾਦ ਕਰਦਾ ਡੀਸੀ ਸਾਹਿਬ ਦਾ, ਏਡੀਸੀ ਸਾਹਿਬ ਦਾ, ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕਰਵਾਇਆ ਮੁਕਤਸਰ ਡਿਸਟ੍ਰਿਕਟ ਦੇ ਅੰਦਰ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਬਹੁਤ ਵਧੀਆ ਉਪਰਾਲਾ ਸਾਡੇ ਜੋ ਪ੍ਰਵੀਨ ਬਾਂਸਲ ਜੀਆਂ ਨੇ ਸ਼ੁਰੂਆਤ ਕਰਵਾਈ ਹੈ ਗਿੱਦੜਵਾ ਦੇ ਅੰਦਰ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਇਸ ਗੱਲ ਲਈ ਅਸੀਂ ਸਦਾ ਹੀ ਉਹਨਾਂ ਦੇ ਰਿਣੀ ਰਵਾਂਗੇ। ਫਿਰ ਅਸੀਂ ਗਿੱਦੜਵਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹਾਂ ਕਿ ਉਹ ਸਾਡੇ ਨਾਲ ਇਸ ਮੁਹਿੰਮ ਦੇ ਵਿੱਚ ਜੋ ਵੀ ਤਿਲ ਫੁੱਲ ਆਪਦਾ ਭੇਟ ਕਰਨਾ ਚਾਹੁਣ ਰੱਤਾ ਟਿੱਬਾ ਗਊਸ਼ਾਲਾ ਦੇ ਵਿੱਚ ਸਾਡੇ ਲਈ ਸਹਿਯੋਗ ਕਰ ਸਕਦੇ ਹੈ ਤਾਂ ਜੋ ਅਸੀਂ ਇਹ ਪਸ਼ੂਆਂ ਦੀ ਦੇਖਭਾਲ ਕਰ ਸਕੀਏ। ਧੰਨਵਾਦ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਸਾਥ ਦੇਣ ਤੁਹਾਡਾ? ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਰੇ ਰਲ ਕੇ ਇਸ ਮੁਹਿੰਮ ਦੇ ਵਿੱਚ ਸਾਥ ਦੇਣ, ਜਿਵੇਂ ਕਿ ਜਿੰਨੀ ਦੇਰ ਇਹ ਮੁਹਿੰਮ ਸਾਡੀ ਲਗਾਤਾਰ ਹੁਣ ਚੱਲੇਗੀ, ਕਿਤੇ ਵੀ ਕੋਈ ਪਸ਼ੂ ਜੋ ਹੈ ਮਿਲਦਾ ਹੈ ਤਾਂ ਉਹ ਅਸੀਂ ਜਿਹੜੇ ਪੁਆਇੰਟ ਕਰ ਰਹੇ ਹਾਂ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਨ, ਜਾਂ ਸਾਨੂੰ ਸੁਨੇਹਾ ਦੇ ਦੇਣ, ਅਸੀਂ ਉੱਥੇ ਆਪ ਹੀ ਕਲੈਕਟ ਕਰ ਲਵਾਂਗੇ। ਅਤੇ ਨਾਲ ਸਭ ਤੋਂ ਵੱਡੀ ਡਿਊਟੀ ਮੈਂ ਕਹਿਣਾ ਕਿ ਹਰੇਕ ਸ਼ਹਿਰ ਵਾਸੀ ਲਈ ਇਹ ਹੈ ਵੀ ਇਹ ਸਮੱਸਿਆ ਇਕੱਲਾ ਪ੍ਰਸ਼ਾਸਨ ਜਾਂ ਕੋਈ ਇੱਕ ਸਮਾਜ ਸੇਵੀ ਸੰਸਥਾ ਨਹੀਂ ਕਰ ਸਕਦੀ ਹੱਲ। ਇਹਦੇ ਵਿੱਚ ਕਿਤੇ ਵੀ ਜਿਵੇਂ ਡੀ ਸਾਹਿਬ ਨੇ ਹੁਕਮ ਦਿੱਤੇ ਹੈ ਵੀ ਜੇਕਰ ਕੋਈ ਆਪਾਂ ਨੂੰ ਪਸ਼ੂ ਛੱਡਦਾ ਇਸ ਤੋਂ ਬਾਅਦ ਮਿਲਦਾ ਹੈ ਸ਼ਹਿਰ ਦੇ ਵਿੱਚ ਤਾਂ ਉਹਦੀ ਰਿਪੋਰਟ ਜਿਹੜੀ ਹੈਗੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਦਿਓ, ਉਹਦਾ ਵੀਡੀਓ ਬਣਾਓ, ਵਟਸਐਪ ਦਿਓ, ਉਹਦੀ ਗੱਡੀ ਦਾ ਨੰਬਰ ਦਿਓ, ਅਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਨਸ਼ੋਰ ਕਰਦਾ ਕਿ ਉਹਦੇ 'ਤੇ ਬਣਦੀ ਕਾਰਵਾਈ ਅਸੀਂ ਜ਼ਰੂਰ ਕਰਵਾਵਾਂਗੇ ਤਾਂ ਜੋ ਇਹ ਸਮੱਸਿਆ ਜਿਹੜੀ ਦੁਬਾਰਾ ਕ੍ਰੀਏਟ ਨਾ ਹੋ ਸਕੇ। ਅਦਰਵਾਈਜ਼ ਇਹਦਾ ਕੋਈ ਹੱਲ ਨਹੀਂ ਨਿਕਲਣਾ ਵੀ ਅੱਜ ਆਪਾਂ ਪਸ਼ੂ ਭੇਜ ਦਿਆਂਗੇ, ਦੁਬਾਰਾ ਫਿਰ ਕੋਈ ਛੱਡ ਗਿਆ ਤਾਂ ਪ੍ਰੋਬਲਮ ਜਿਹੜੀ ਉੱਥੇ ਦੀ ਉੱਥੇ ਆ ਜਾਣੀ।